ਭਰਾਓ, ਇੱਕ ਵਾਰੀ ਮੈਂ ਫਿਰ ਤੁਹਾਡੇ ਨਾਲ ਪੰਜਾਬ ਪੋਲੀਟਿਕਸ ਦੀ ਗੱਲ ਕਰਨ ਲੱਗਾ ਹਾਂ। ਤੁਹਾਨੂੰ ਜਿਹੜੇ ਪੰਜਾਬ ਦੀ ਪੋਲੀਟਿਕਸ ਨੂੰ ਸਮਝਦੇ ਹੈਗੇ ਆ ਉਹਨਾਂ ਨੂੰ ਸ਼ਾਇਦ ਯਾਦ ਹੋਏਗਾ ਕਿ ਇਹ ਦਿਨ ਸੀ ਸਪਟੰਬਰ 11 ਸਪਟੰਬਰ 2021। ਇਹ ਇਸ ਦਿਨ ਅਰਵਿੰਦ ਕੇਜਰੀਵਾਲ, ਜਿਹੜਾ ਆਮ ਆਦਮੀ ਪਾਰਟੀ ਦਾ ਮੇਨ ਲੀਡਰ ਹੈਗਾ, ਉਹਨੇ ਇੱਕ ਵੀਡੀਓ ਬਣਾ ਕੇ ਉੱਥੇ ਦੀ ਪੰਜਾਬ ਦੀਆਂ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ, ਜਿਹੜੇ ਵਰਕਰਸ ਹੈਗੇ ਆ ਜਾਂ ਲੀਡਰ ਹੈਗੇ ਆ, ਉਹਨਾਂ ਨੂੰ ਇੱਕ ਮੈਸੇਜ ਦਿੱਤਾ ਸੀ ਉਹਨੇ, ਅਰਵਿੰਦ ਕੇਜਰੀਵਾਲ ਨੇ ਵੀਡੀਓ ਦੇ ਵਿੱਚ। ਉਹਨੇ ਇਸ ਤਰ੍ਹਾਂ ਉਂਗਲੀ ਕਰਕੇ ਕਿ ਪਦ ਕੀ ਇੱਛਾ ਮਤ ਕਰਨਾ, ਮਤਲਬ ਕਿ ਕੋਈ ਵੀ ਪੁਜੀਸ਼ਨ ਲੈਣ ਵਾਸਤੇ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਨਾ ਜੁੜਨਾ। ਉਹ ਮੈਸੇਜ ਜਿਹੜਾ ਸੀ, ਦਿਸ ਵਾਜ਼ ਏ ਸਟਲ ਮੈਸੇਜ ਫੋਰ ਭਗਵੰਤ ਮਾਨ। ਭਗਵੰਤ ਮਾਨ ਜਿਹੜਾ ਸੀ ਉਹ ਉਸ ਵੇਲੇ ਬਾਰ ਬਾਰ ਇਹ ਕਹਿ ਰਿਹਾ ਸੀ ਕਿ ਉਹਨੂੰ ਚੀਫ ਮਿਨਿਸਟਰ ਪੰਜਾਬ ਦਾ ਬਣਾਇਆ ਜਾਏ। ਤਾਂ ਅਰਵਿੰਦ ਕੇਜਰੀਵਾਲ ਨਹੀਂ ਕਦੇ ਵੀ ਚਾਹੁੰਦਾ ਕਿ ਭਗਵੰਤ ਮਾਨ ਚੀਫ ਮਿਨਿਸਟਰ ਬਣੇ ਪੰਜਾਬ ਦਾ। ਉਹਨੂੰ ਕਈ ਗੱਲਾਂ ਇਹਦੀਆਂ ਪਤਾ ਹੋਣਗੀਆਂ, ਹੁਣ ਤਾਂ ਹੋਰ ਲੋਕਾਂ ਨੂੰ ਵੀ ਪਤਾ ਚੱਲਣੀਆਂ ਸ਼ੁਰੂ ਹੋ ਗਈਆਂ ਹੈ ਕਿ ਹੀ ਇਜ਼ ਨੋਟ ਫਿੱਟ ਟੂ ਬਿਕਮ CM ਆਫ ਪੰਜਾਬ। ਤਾਂ ਉਸ ਵੇਲੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਕਿਸੇ ਵੀ ਪੁਜ਼ੀਸ਼ਨ ਦੀ ਔਰ ਟਿਕਟ ਦਾ ਲਾਲਚ ਨਾ ਕਰਨਾ ਮੇਰੇ ਕੋਲੋਂ, ਔਰ ਜੇ ਤੁਸੀਂ ਇਨਕੈਪੇਬਲ ਹੋ ਤਾਂ ਹੀ ਤੁਸੀਂ ਮੰਗ ਰਹੇ ਹੈਗੇ ਹੋ ਟਿਕਟ ਜਾਂ ਕੋਈ ਵੀ ਪੁਜ਼ੀਸ਼ਨ ਮੇਰੇ ਕੋਲੋਂ। ਤਾਂ ਉਸ ਵੇਲੇ ਭਗਵੰਤ ਮਾਨ ਜਿਹੜਾ ਹੈਗਾ, ਤੁਹਾਨੂੰ ਯਾਦ ਹੋਏਗਾ, ਇਹ ਰੁੱਸ ਕੇ ਆਪਣੇ ਘਰ ਬਹਿ ਗਿਆ ਸੀ। ਇੰਨੇ ਕਿਸੇ ਨਾਲ ਮਿਲਣਾ ਛੱਡਤਾ ਸੀ, ਕਿਸੇ ਨਾਲ ਗੱਲ ਕਰਨੀ ਛੱਡ ਦਿੱਤੀ ਸੀ, ਔਰ ਇੰਨੇ ਇੱਕ ਤਰ੍ਹਾਂ ਦਾ ਉੱਥੇ ਇਹ ਮਾਹੌਲ ਕ੍ਰੀਏਟ ਕੀਤਾ ਸੀ ਕਿ ਜੇਕਰ ਉਹਨੂੰ ਟਿਕਟ ਨਾ ਦਿੱਤੀ ਗਈ ਤਾਂ ਉਹ ਆਮ ਆਦਮੀ ਪਾਰਟੀ ਦਾ ਪੋਲੀਟੀਕਲ ਨੁਕਸਾਨ ਕਰੇਗਾ ਪੰਜਾਬ ਦੇ ਵਿੱਚ। ਤਾਂ ਫਿਰ ਅਰਵਿੰਦ ਕੇਜਰੀਵਾਲ ਨੇ ਪਤਾ ਨਹੀਂ ਇਹਦੇ ਨਾਲ ਕੀ ਸ਼ਰਤਾਂ ਰੱਖੀਆਂ ਕਿ ਜਿਹੜੀਆਂ ਟਿਕਟਾਂ ਹੈਗੀਆਂ ਉਹ ਜਿਹੜੀਆਂ ਅਸੀਂ ਆਮ ਆਦਮੀ ਪਾਰਟੀ ਦੇ MLA ਬਣਨ ਵਾਸਤੇ ਦਿਆਂਗੇ, ਉਹਨਾਂ ਕੋਲੋਂ ਪੈਸੇ ਲਵਾਂਗੇ, ਜਾਂ ਕੁਛ ਇਹੋ ਜਿਹਾ ਪੈਕਟ ਹੋਇਆ ਉਹਨਾਂ ਦੇ ਨਾਲ, ਐਗਰੀਮੈਂਟ ਹੋਇਆ ਕਿ ਅਰਵਿੰਦ ਕੇਜਰੀਵਾਲ ਮੰਨ ਗਿਆ, ਜਾਂ ਹੇਰਾਫੇਰੀ ਕਰਾਂਗੇ ਜਿੱਤਣ ਤੋਂ ਬਾਅਦ, ਕਈ ਹੋ ਸਕਦੀਆਂ ਗੱਲਾਂ, ਉਹਦੇ ਬਾਰੇ ਮੈਨੂੰ ਜ਼ਿਆਦਾ ਪਤਾ ਨਹੀਂ ਹੈ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਸਡਨਲੀ ਮੰਨ ਗਿਆ। ਇਹ ਬੜੀ ਹੈਰਾਨੀ ਦੀ ਗੱਲ ਸੀ ਕਿ ਭਗਵੰਤ ਮਾਨ ਚੀਫ ਮਿਨਿਸਟਰ ਬਣ ਸਕਦਾ, ਔਰ ਉਹਨੂੰ ਆਪਣੇ ਡਿਸੀਜ਼ਨ ਨੂੰ ਜਸਟੀਫਾਈ ਕਰਨ ਵਾਸਤੇ ਅਰਵਿੰਦ ਕੇਜਰੀਵਾਲ ਨੇ ਕੀ ਕੀਤਾ? ਹੈ ਤਾਂ ਉਹ ਬਹੁਤ ਝੂਠਾ ਅਰਵਿੰਦ ਕੇਜਰੀਵਾਲ ਔਰ ਸਾਰੇ ਆਮ ਆਦਮੀ ਪਾਰਟੀ ਵਾਲੇ। ਆਮ ਆਦਮੀ ਪਾਰਟੀ ਸ਼ਾਇਦ ਸ਼ਾਮਲ ਹੋਣ ਦੀ ਐਲੀਜੀਬਿਲਿਟੀ ਹੈਗੀ ਹੈ ਕਿ ਤੁਸੀਂ ਝੂਠੇ ਔਰ ਮੱਕਾਰ ਹੈਗੇ ਹੋ ਤਾਂ ਹੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆ ਸਕਦੇ ਹੋ। ਤਾਂ ਉਹਨੇ ਕੀ ਕੀਤਾ, ਇੱਕ ਫੋਨ ਸਰਵੇ ਕਰਵਾਇਆ। ਉਹਦੀ ਕੋਈ ਡਿਟੇਲ ਨਹੀਂ ਦਿੱਤੀ ਹੈਗੀ, ਉਹ ਸਰਵੇ ਇੰਨੇ ਘੱਟ ਟਾਈਮ ਦੇ ਵਿੱਚ ਹੋ ਵੀ ਨਹੀਂ ਸੀ ਸਕਦਾ। ਉਸ ਫੋਨ ਸਰਵੇ ਦੇ ਵਿੱਚ ਇਹਨੇ ਕਿਹਾ ਕਿ ਸਾਰੇ ਲੋਕ ਮੰਨ ਗਏ ਹੈਗੇ ਆ ਕਿ ਇਹ ਭਗਵੰਤ ਮਾਨ ਹੀ ਚੀਫ ਮਿਨਿਸਟਰ ਦਾ ਕੈਂਡੀਡੇਟ ਹੋਏਗਾ। ਤਾਂ ਜਿਹੜੀਆਂ 22 ਦੀਆਂ ਇਲੈਕਸ਼ਨਾਂ ਹੋਈਆਂ ਹੈਗੀਆਂ ਉਹਦੇ ਵਿੱਚ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਬਣਾ ਦਿੱਤਾ। ਹੁਣ ਤੁਹਾਨੂੰ ਪਤਾ ਹੋਏਗਾ ਕਿ ਇਹ ਬਿਮਾਰ ਪੈ ਗਿਆ ਹੈਗਾ। ਇਹ ਕੱਲ੍ਹ ਪਰਸੋਂ ਦੀ ਨਿਊਜ਼ ਆ ਰਹੀ ਹੈਗੀ ਹੈ ਕਿ ਭਗਵੰਤ ਮਾਨ ਬਿਮਾਰ ਪੈ ਗਿਆ। ਉਹਦਾ ਹਾਲੇ ਸਾਨੂੰ ਕੁਛ ਪਤਾ ਨਹੀਂ ਹੈਗਾ ਕਿ ਉਹ ਵਾਕਈ ਬਿਮਾਰ ਹੈਗਾ ਜਾਂ ਉਹ ਨਾਟਕ ਕਰ ਰਿਹਾ ਹੈਗਾ, ਜਿਸ ਤਰ੍ਹਾਂ ਉਹ ਨਾਟਕ ਪਹਿਲੇ ਕਰਦਾ ਸੀ ਇਸ ਤਰ੍ਹਾਂ ਗਲੀਆਂ ਦੇ ਵਿੱਚ, ਉਸ ਤਰ੍ਹਾਂ ਸ਼ਾਇਦ ਨਾਟਕ ਕਰ ਰਿਹਾ ਹੋਵੇ। ਕਿਉਂ? ਕਿਉਂਕਿ ਇਹ ਜਿਹੜਾ ਪੈਕਟ ਹੋਇਆ ਸੀ ਉਸ ਵੇਲੇ, ਜਿਸ ਵੇਲੇ ਫੋਨ ਸਰਵੇ ਕਰਵਾਇਆ ਸੀ 22 ਦੀਆਂ ਇਲੈਕਸ਼ਨਾਂ ਤੋਂ ਪਹਿਲੇ ਅਰਵਿੰਦ ਕੇਜਰੀਵਾਲ ਨੇ, ਇਹ ਹੋ ਸਕਦਾ ਕਿ ਇਹਨੂੰ ਕਿਹਾ ਹੋਏ ਕਿ 2.5 ਸਾਲ ਤੱਕ ਤੈਨੂੰ ਅਸੀਂ ਚੀਫ ਮਿਨਿਸਟਰ ਰੱਖਾਂਗੇ, ਉਸ ਤੋਂ ਬਾਅਦ ਤੈਨੂੰ ਬਦਲ ਦਾਂਗੇ। ਹੁਣ ਉਹਨਾਂ ਨੂੰ ਸਡਨਲੀ ਬਦਲਣਾ ਮੁਸ਼ਕਿਲ ਹੈ। ਹੁਣ ਇਹ ਹੋ ਸਕਦਾ, ਦਿਸ ਇਜ਼ ਮਾਈ ਹਾਈਪੋਥੀਸਿਸ, ਮੈਂ ਇਹ ਇੱਕ ਪੋਲੀਟੀਕਲ ਅਨਾਲਿਸਿਸ ਕਰ ਰਿਹਾ ਹਾਂ, ਇਹ ਹੁਣ ਹੋ ਸਕਦਾ ਹੈ ਕਿ ਇਹ ਭਗਵੰਤ ਮਾਨ
ਬਿਮਾਰ ਜਿਹੜਾ ਉੱਥੇ ਹਸਪਤਾਲ ਦੇ ਵਿੱਚ, ਮੋਹਾਲੀ ਦੇ ਹਸਪਤਾਲ ਦੇ ਵਿੱਚ 2 ਦਿਨ ਪਹਿਲੇ ਦਾਖਲ ਹੋਇਆ ਹੈ, ਉਹ ਇਹ ਕਹਿਣ ਕਿ ਹੁਣ ਜਲਦੀ ਠੀਕ ਨਹੀਂ ਹੋ ਸਕਦਾ, ਇਸ ਲਈ ਸਾਨੂੰ ਚੀਫ ਮਿਨਿਸਟਰ ਉੱਥੇ ਦਾ ਬਦਲਣਾ ਪੈਣਾ। ਉਹ ਚੀਫ ਮਿਨਿਸਟਰ ਬਣੇਗਾ ਕੌਣ? ਹੁਣ ਤੁਹਾਨੂੰ ਪਤਾ ਹੋਏਗਾ ਕਿ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਕੰਡੀਸ਼ਨਸ ਲੱਗੀਆਂ ਸੀ ਇਹਨੂੰ ਬੇਲ ਦੇਣ ਵਕਤ, ਸੁਪਰੀਮ ਕੋਰਟ ਦੇ ਜੱਜ ਬੜੇ ਬੇਈਮਾਨ ਹੈਗੇ ਆ, ਉਹਨਾਂ ਨੇ ਇਹਨੂੰ ਦੇਖੋ ਬੇਲ ਦੇ ਦਿੱਤੀ ਹੈਗੀ ਹੈ। ਇੱਕ ਕਾਂਗਰਸ ਦਾ ਉਹ ਵਕੀਲ ਹੈਗਾ, ਉਹ ਬਹੁਤ ਹੀ ਉਹ ਕਹਿੰਦੇ ਹੈਗੇ ਕਿ ਕਨਿੰਗ ਟਾਈਪ ਵਕੀਲ ਹੈ, ਉਹ ਇਹਨਾਂ ਨੂੰ ਜਿਹੜੇ ਰਿਚ ਪੋਲੀਟੀਸ਼ੀਅਨਸ ਹੈਗੇ ਹੈ ਇਹਨਾਂ ਨੂੰ ਬੇਲ ਦਿਲਵਾਈ ਜਾ ਰਿਹਾ ਹੈਗਾ, ਔਰ ਜਿਹੜੇ ਵਿਚਾਰੇ ਸਾਡੇ ਵਰਗੇ ਗਰੀਬ ਹੈਗੇ ਆ ਉਹ ਕੋਈ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਫਸਿਆ ਹੋਇਆ, ਕਈ ਤਿਹਾੜ ਜੇਲ੍ਹ ਦੇ ਵਿੱਚ ਫਸੇ ਹੋਏ ਆ, ਉਹਨਾਂ ਨੂੰ ਕੋਈ ਬੇਲ ਨਹੀਂ ਹੈ। ਜਿਹੜੇ ਸੁਪਰੀਮ ਕੋਰਟ ਦੇ ਜੱਜ ਬੇਈਮਾਨ ਹੈਗੇ ਆ ਉਹ ਕਹਿੰਦੇ ਹੈਗੇ ਕਿ ਬੇਲ ਇਜ਼ ਦਾ ਰੂਲ, ਜੇਲ੍ਹ ਇਜ਼ ਐਕਸੈਪਸ਼ਨ। ਉਹ ਬੇਲ ਜਿਹੜੀ ਹੈਗੀ ਆ ਰਿਚ ਪੋਲੀਟੀਸ਼ੀਅਨਸ ਵਾਸਤੇ ਹੀ ਹੈਗੀ ਹੈ, ਕਿਉਂਕਿ ਦੇਰ ਆਰ ਚਾਂਸਿਸ ਕਿ ਇਹ ਜਿਹੜਾ ਵਕੀਲ ਹੈਗਾ, ਇਹ ਜਿਹੜਾ ਨਾ ਉਹਦਾ ਕੋਈ ਆਰਗੂਮੈਂਟ, ਤੁਸੀਂ ਜੇਕਰ ਸਮਝਦੇ ਹੈਗੇ ਵਕਾਲਤ ਨੂੰ ਤਾਂ ਉਹਦਾ ਕੋਈ ਵੀ ਆਰਗੂਮੈਂਟ ਜਿਹੜਾ ਹੈਗਾ ਲੌਜੀਕਲ ਨਹੀਂ ਹੁੰਦਾ। ਉਹ ਸਿਰਫ ਇਸ ਤਰ੍ਹਾਂ ਹੀ ਕਹਿੰਦਾ ਰਹਿੰਦਾ ਕਿ ਇਹ ਇੰਸ਼ੋਰੈਂਸ ਅਰੈਸਟ ਹੈ ਜੀ, ਇੰਸ਼ੋਰੈਂਸ ਅਰੈਸਟ ਹੈ। ਜੱਜ ਜਿਹੜੇ ਹੈਗੇ ਉਹ ਪੜ੍ਹੇ ਲਿਖੇ ਨਹੀਂ ਹੈ ਸੁਪਰੀਮ ਕੋਰਟ ਦੇ, ਔਰ ਹਾਈ ਕੋਰਟ ਔਰ ਲੋਅਰ ਕੋਰਟ ਦੇ ਵਿੱਚ ਤਾਂ ਹੋਰ ਵੀ ਬੁਰਾ ਹਾਲ ਹੈ। ਸੁਪਰੀਮ ਕੋਰਟ ਦੇ ਜੱਜਾਂ ਨੂੰ ਸਮਝ ਨਹੀਂ ਆਉਂਦੀ, ਉਹ ਇਸ ਤੋਂ ਘਬਰਾ ਜਾਂਦੇ ਹੈ ਕਿ ਇਹ ਕਹਿ ਰਿਹਾ ਹੈਗਾ ਕਿ ਵਾਰ ਵਾਰ ਕਿ ਇੰਸ਼ੋਰੈਂਸ ਅਰੈਸਟ ਹੈ ਜੀ, ਇੰਸ਼ੋਰੈਂਸ ਅਰੈਸਟ ਹੈ ਜੀ। ਜਦਕਿ ਅਰਵਿੰਦ ਕੇਜਰੀਵਾਲ ਔਰ ਇਹਦੇ ਜਿਹੜੇ ਨਾਲ ਦੇ ਆਮ ਆਦਮੀ ਪਾਰਟੀ ਵਾਲੇ ਲੀਡਰ ਹੈਗੇ ਹੈ, ਉਹਨਾਂ ਦੇ ਖਿਲਾਫ਼ ਗਲੇਅਰਿੰਗ ਐਟਲੀਸਟ ਸਰਕਮਸਟੈਂਸ਼ਲ ਐਵੀਡੈਂਸ ਹੈਗਾ ਜਿਹਦੇ ਵਿੱਚੋਂ ਉਹਨਾਂ ਨੂੰ ਬੇਲ ਮਿਲ ਹੀ ਨਹੀਂ ਸਕਦੀ, ਪਰ ਉਹ ਹੁਣ ਜਿਹੜੇ ਕੋਰਟ ਦੇ ਜੱਜ ਹੈਗੇ ਆ ਜਾਂ ਅੰਡਰ ਦਾ ਇਨਫਲੂਐਂਸ ਆਫ ਬ੍ਰਾਈਬਸ ਔਰ ਜਾਂ ਅੰਡਰ ਦਾ ਇਨਫਲੂਐਂਸ ਆਫ ਦੇਅਰ ਨਾਇਵਟੀ, ਯਾਨੀ ਕਿ ਨੌਲੇਜ ਨਹੀਂ ਹੈਗੀ ਉਹਨਾਂ ਨੂੰ, ਤਾਂ ਉਹਨਾਂ ਨੇ ਇਹਨੂੰ ਬੇਲ ਦੇ ਦਿੱਤੀ ਹੈਗੀ। ਕੁਛ ਕੰਡੀਸ਼ਨ ਥੋੜ੍ਹਾ ਜਿਹਾ ਮੋਰਲ ਹੋਏਗਾ ਉਹਨਾਂ ਦਾ, ਕੁਛ ਕੰਡੀਸ਼ਨਸ ਇੱਥੇ ਲਗਾ ਦਿੱਤੀਆਂ ਕਿ ਇਹ ਚੀਫ ਮਿਨਿਸਟਰ ਦੀ ਤਰ੍ਹਾਂ ਕੰਮ ਨਹੀਂ ਕਰ ਸਕਦਾ। ਹੁਣ ਮੈਂ ਕਹਿਣਾ ਕੀ ਚਾਹੁੰਦਾ ਹਾਂ ਕਿ ਇਹ ਹੁਣ ਅਰਵਿੰਦ ਕੇਜਰੀਵਾਲ ਵਿਹਲਾ ਹੋ ਗਿਆ, ਇਹ ਚੀਫ ਮਿਨਿਸਟਰ ਤੋਂ ਇਹਨੇ ਰਿਜ਼ਾਈਨ ਕਰ ਦਿੱਤਾ ਹੈਗਾ ਓਸਟੈਂਸੀਬਲੀ, ਔਰ ਇੱਕ ਔਰਤ ਨੂੰ ਜਿਹਨੂੰ ਕੁਛ ਪਤਾ ਹੀ ਨਹੀਂ ਹੈਗਾ ਕਿਸੇ ਵੀ ਚੀਜ਼ ਦਾ, ਉਹਨੂੰ ਚੀਫ ਮਿਨਿਸਟਰ ਬਣਾ ਦਿੱਤਾ ਹੈਗਾ। ਤਾਂ ਇਹ ਵਿਹਲਾ ਹੋ ਗਿਆ, ਇਹ ਹੁਣ ਹੋ ਸਕਦਾ ਕਿ ਇਹ ਭਗਵੰਤ ਮਾਨ ਨੂੰ ਹਟਾ ਕੇ ਆਪ ਪੰਜਾਬ ਦਾ ਚੀਫ ਮਿਨਿਸਟਰ ਬਣੇ। ਉਸ ਵੇਲੇ ਵੀ ਇਹਦੀਆਂ 22 ਤੋਂ ਪਹਿਲੇ ਵੀ ਐਸਪੀਰੇਸ਼ਨਸ ਇਹੀ ਸੀ। ਇਹ ਹੁਣ ਇਹ ਦਿਸ ਇਜ਼ ਅ ਚਾਂਸਿਸ, ਆਈ ਅਗੇਨ ਸੇ ਦੈਟ ਦਿਸ ਇਜ਼ ਮਾਈ ਹਾਈਪੋਥੀਸਿਸ, ਆਈ ਐਮ ਜਸਟ ਮੇਕਿੰਗ ਏ ਪੋਲੀਟੀਕਲ ਅਨਾਲਿਸਿਸ, ਠੀਕ ਹੈ। ਇਹ ਤੁਹਾਨੂੰ ਸਮਝ ਆਉਣੀ ਚਾਹੀਦੀ ਹੈਗੀ ਹੈ ਕਿ ਇਹ ਹੁਣ ਭਗਵੰਤ ਮਾਨ ਜਿਹੜਾ ਉੱਥੇ ਦਾਖਲ ਹੋਇਆ ਹੈਗਾ, ਹੋ ਸਕਦਾ ਇਹਨੂੰ ਕੋਈ ਚੰਗੀ ਬਿਮਾਰੀ ਹੋਏ, ਯਾਨੀ ਕਿ ਸੀਰੀਅਸ ਬਿਮਾਰੀ ਹੋਏ ਜਿਹਦੇ ਨਾਲ ਇਹਦੀ ਜਾਨ ਨੂੰ ਵੀ ਖਤਰਾ ਹੋਏ। ਇਹ ਹੁਣ ਇੱਕ ਅਕਾਲੀ ਦਲ ਦਾ ਲੀਡਰ ਹੈਗਾ, ਉਹ ਕਹਿ ਰਿਹਾ ਹੈਗਾ ਕਿ ਇਹਨੂੰ ਉਹ ਲੀਵਰ ਦੀ ਕੋਈ ਸੀਰੀਅਸ ਪ੍ਰੋਬਲਮ ਹੈਗੀ ਹੈ ਜਿਹਦੇ ਨਾਲ ਇਹਦਾ ਜਲਦੀ ਠੀਕ ਹੋਣਾ ਉਹ ਚਾਂਸ ਹੀ ਨਹੀਂ ਹੈਗਾ, ਤਾਂ ਉਹ ਕਹਿ ਰਿਹਾ ਕਿ ਇਹਨੂੰ ਟਰਾਂਸਪਲਾਂਟ ਲੀਵਰ ਆਪਣਾ ਕਰਵਾਉਣਾ ਪਏਗਾ। ਉਹ ਹੁਣ ਟਰਾਂਸਪਲਾਂਟ ਕਰਵਾਉਣਾ ਪਏਗਾ, ਜੇਕਰ ਉਹ ਕਰਨਗੇ ਜਾਂ ਨਹੀਂ ਮੈਨੂੰ ਨਹੀਂ ਪਤਾ, ਪਰ ਇਹ ਸ਼ੋਅ ਕਰ ਸਕਦੇ ਹੈਗੇ ਆ ਅਰਵਿੰਦ ਕੇਜਰੀਵਾਲ ਦੇ ਕਹਿਣ 'ਤੇ ਕਿ ਇਹ ਕਹਿ ਦੇਣ ਕਿ ਇਹਦਾ ਟਰਾਂਸਪਲਾਂਟ ਹੋ ਰਿਹਾ ਹੈਗਾ, ਇਸ ਲਈ ਇਹਨੂੰ ਜਲਦੀ ਉੱਥੋਂ ਦੀ ਛੁੱਟੀ ਨਹੀਂ ਮਿਲ ਸਕਦੀ ਜਾਂ ਇਹ ਰਿਕਵਰ ਨਹੀਂ ਹੋ ਸਕਦਾ ਜਲਦੀ ਬਿਮਾਰੀ ਤੋਂ। ਤਾਂ ਉਸ ਕੇਸ ਦੇ ਵਿੱਚ ਜਾਂ ਤਾਂ ਅਰਵਿੰਦ ਕੇਜਰੀਵਾਲ ਜਿਹੜਾ ਵਿਹਲਾ ਹੈਗਾ ਹੁਣ ਕਿੰਨਾ ਕੁ ਝੂਠ ਬੋਲੇਗਾ, ਇੱਧਰ ਉੱਧਰ ਜਾ ਕੇ ਹਨੂੰਮਾਨ ਦੇ ਮੰਦਰਾਂ 'ਚ ਕਦੇ ਜਾਂਦਾ, ਕਿੰਨੀ ਕੁ ਵਾਰੀ ਜਾਵੇਗਾ ਹਨੂੰਮਾਨ, ਉਹਦਾ ਟਾਈਮ ਹੀ ਨਹੀਂ ਪਾਸ ਹੋਏਗਾ, ਔਰ ਝੂਠ ਵੀ ਕਿੰਨੇ ਗਲੀਆਂ ਦੇ ਵਿੱਚ ਬੋਲ ਰਹੇਗਾ, ਸਾਰੀਆਂ ਗਲੀਆਂ 'ਚ ਦਿੱਲੀ ਦੀਆਂ ਉਹਨੇ ਝੂਠ ਬੋਲ ਲਿਆ ਹੈਗਾ। ਨਾ ਕੋਈ ਇੱਥੇ ਸਕੂਲ ਚੱਲ ਰਿਹਾ, ਨਾ ਮੁਹੱਲਾ ਕਲੀਨਿਕ ਚੱਲ ਰਿਹਾ ਹੈਗਾ, ਔਰ ਨਾ ਹੀ
ਕੋਈ ਜਿਹੜਾ ਪੋਲਿਊਸ਼ਨ ਹੈਗਾ, ਬੰਦੇ ਮਰ ਰਹੇ ਹੈਗੇ ਉਹਦੇ ਨਾਲ, ਕਰਪਸ਼ਨ ਇੰਨੀ ਹੈਗੀ ਆ ਹਰੇਕ ਦਫ਼ਤਰ ਦੇ ਵਿੱਚ, ਇੰਨੀ ਕਰਪਸ਼ਨ ਹੈ, ਤਾਂ ਉਹ ਝੂਠ ਬੋਲ ਬੋਲ ਕੇ ਕਿ ਮੇਰੀ ਸਰਕਾਰ ਬੜੀ ਚੰਗੀ ਚੱਲੀ ਹੈਗੀ ਹੈ, ਕਿੰਨਾ ਕੁ ਉਹ ਝੂਠ ਬੋਲੇਗਾ। ਮੈਂ ਇਹ ਐਜ਼ ਏ ਸੋਸ਼ਲ ਐਕਟੀਵਿਸਟ ਕੰਮ ਕਰਦਾ ਸੜਕਾਂ ਦੇ ਉੱਤੇ ਜਾ ਕੇ, ਤਾਂ ਮੈਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਿੰਨਾ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈਗਾ। ਇੱਕ ਅਰਵਿੰਦ ਕੇਜਰੀਵਾਲ ਨੇ, ਇੱਕ ਲੈਫਟੀਨੈਂਟ ਗਵਰਨਰ ਜਿਹੜਾ ਹੈਗਾ ਇੱਥੇ ਦਿੱਲੀ ਦਾ, ਉਹ ਵੀ ਬਿਲਕੁਲ ਅਨਪੜ੍ਹ ਦੀ ਤਰ੍ਹਾਂ ਹੈਗਾ। ਉਹ ਦੋਨਾਂ ਨੇ ਇਹਨੇ ਮਿਲ ਕੇ ਆਪਸ 'ਚ ਲੜਾਈ ਕਰੀ ਜਾ ਰਹੇ ਹੈਗੇ, ਲੋਕਾਂ ਦਾ 3 ਕਰੋੜ ਲੋਕਾਂ ਦਾ, ਦਿੱਲੀ ਦਿਆਂ ਦਾ ਨੁਕਸਾਨ ਕਰ ਰਹੇ ਹੈਗੇ। ਤਾਂ ਇਹ ਜਿਹੜਾ ਹੈਗਾ ਹੁਣ, ਦਿਸ ਇਜ਼ ਮਾਈ ਹਾਈਪੋਥੀਸਿਸ, ਕਿ ਇਹਨੂੰ ਭਗਵੰਤ ਮਾਨ ਨੂੰ ਲਾਹਣ ਦੇ ਵਾਸਤੇ ਅਰਵਿੰਦ ਕੇਜਰੀਵਾਲ ਕੁਛ ਵੀ ਤਿਗੜਮ ਚਲਾਏਗਾ। ਹੀ ਵਿਲ ਟਰਾਈ ਟੂ ਗੈਟ ਰਿਡ ਆਫ ਭਗਵੰਤ ਮਾਨ ਬਾਏ ਹੁੱਕ ਔਰ ਬਾਏ ਕਰੁੱਕ। ਤਾਂ ਇਹ ਜਿਹੜਾ ਹੈਗਾ ਹੁਣ, ਦੂਸਰਾ ਇੱਕ ਹੋਰ ਇੱਕ ਐਲੀਗੇਸ਼ਨ ਹੈਗਾ, ਇੱਕ ਤੁਹਾਨੂੰ ਪਤਾ ਹੋਏਗਾ ਕਿ ਰਵਨੀਤ ਸਿੰਘ ਬਿੱਟੂ ਸੀ ਉੱਥੇ ਕਾਂਗਰਸ ਦੇ ਵਿੱਚ, ਪੰਜਾਬ ਦੀ ਕਾਂਗਰਸ ਦੇ ਵਿੱਚ, ਉਹਨੇ ਇੱਕ ਕਰੀਬ 2 ਸਾਲ ਪਹਿਲੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਜਿਹੜਾ ਹੈਗਾ ਭਗਵੰਤ ਮਾਨ ਨੂੰ ਇੱਕ ਕੋਈ ਖਤਰਨਾਕ ਇੰਜੈਕਸ਼ਨ ਲਗਾ ਰਿਹਾ ਹੈਗਾ, ਕਿ ਜਾਂ ਉਹਨੂੰ ਐਸੀ ਟ੍ਰੀਟਮੈਂਟ ਦੇ ਰਿਹਾ ਕਿ ਜਿਹਦੇ ਨਾਲ ਉਹਦੀਆਂ ਰਿਫਲੈਕਸਿਸ ਬੜੇ ਸਲੋਅ ਹੋ ਗਏ, ਭਗਵੰਤ ਮਾਨ ਕੋਲੋਂ ਖੜਿਆ ਵੀ ਨਹੀਂ ਹੋਇਆ ਜਾ ਰਿਹਾ, ਕਿਉਂਕਿ ਭਗਵੰਤ ਅਰਵਿੰਦ ਕੇਜਰੀਵਾਲ ਇਜ਼ ਐਸਪਾਇਰਿੰਗ ਟੂ ਬਿਕਮ ਦਾ CM ਆਫ ਪੰਜਾਬ। ਤਾਂ ਭਗਵੰਤ ਮਾਨ ਦੇ ਉੱਤੇ ਉਹ ਕੋਈ ਇਹੋ ਜਿਹਾ ਖਤਰਨਾਕ ਇਲਾਜ ਕਰਵਾ ਕੇ ਇਹਨੂੰ ਰਸਤੇ 'ਚੋਂ ਹਟਾਉਣਾ ਚਾਹੁੰਦਾ। ਉਹ ਜਿਹੜਾ ਬਿੱਟੂ ਹੈਗਾ ਹੁਣ, ਉਹ ਸ਼ਾਇਦ BJP ਚਲਾ ਗਿਆ ਹੈਗਾ, ਕਾਂਗਰਸ ਵਾਲੇ ਕਹਿ ਰਹੇ ਕਿ ਬੇਈਮਾਨ ਹੈਗਾ ਉਹ ਬੜਾ, ਉਹ ਉਹਨੂੰ ਕਾਂਗਰਸ ਨੂੰ ਛੱਡ ਕੇ ਜੋ ਉਹਨੂੰ ਕਾਂਗਰਸ ਨੇ ਸਭ ਕੁਝ ਦਿੱਤਾ, ਉਹਦੀ ਆਪਣੀ ਆਈਡੈਂਟੀ ਕੋਈ ਨਹੀਂ ਹੈਗੀ, ਉਹ ਹੁਣ ਕਾਂਗਰਸ ਨੂੰ ਛੱਡ ਕੇ BJP ਦੇ ਵਿੱਚ ਚਲਾ ਗਿਆ ਹੈਗਾ। ਔਰ ਇਹ ਉਹਨੇ ਕਿਹਾ ਸੀ ਉਸ ਵੇਲੇ, ਔਰ ਉਹਨੇ ਨਾਲ ਇਹ ਵੀ ਕਿਹਾ ਸੀ ਕਿ ਇੱਕ TV ਇੰਟਰਵਿਊ ਦੇ ਵਿੱਚ, ਲੋਕਲ ਪੰਜਾਬ ਦੀ TV ਇੰਟਰਵਿਊ ਦੇ ਵਿੱਚ ਉਹਨੇ ਕਿਹਾ ਸੀ ਕਿ ਇਹ ਜਿਹੜਾ ਹੈਗਾ ਇੱਕ ਇਹ ਜਿਹੜਾ ਸਕੈਂਡਲ ਹੈਗਾ ਕਿ ਅਰਵਿੰਦ ਕੇਜਰੀਵਾਲ ਇਹਨੂੰ ਕੋਈ ਗਲਤ ਟ੍ਰੀਟਮੈਂਟ ਭਗਵੰਤ ਮਾਨ ਨੂੰ ਦੇ ਰਿਹਾ ਹੈਗਾ, ਇਹਦੇ ਉੱਤੇ ਇੱਕ ਬਹੁਤ ਵੱਡੀ ਇਨਕੁਆਇਰੀ ਹੋਏਗੀ ਤਾਂ ਇਹਦਾ ਪਰਦਾਫਾਸ਼ ਹੋਏਗਾ। ਇਹ ਉਹਨੇ ਬਿੱਟੂ ਨੇ ਉਸ ਵੇਲੇ ਕਿਹਾ ਸੀ, ਔਰ ਮੈਂ ਇਹਨਾਂ ਨੂੰ ਉਹਦਾ ਮੈਂ ਲਿੰਕਸ ਪਾਏ ਹੋਏ ਹੈਗੇ ਆ ਉਹ ਆਪਣੀ ਨਿਊਜ਼ ਦੇ ਉੱਤੇ, ਮੈਂ ਪੰਜਾਬ ਦੇ ਉੱਤੇ ਕਾਫੀ ਲਿਖਦਾ ਹੈਗਾ, ਮੈਂ ਆਪਣੀ ਸਾਈਟ ਦੇ ਉੱਤੇ ਰਮਨ ਮੀਡੀਆ ਨੈਟਵਰਕ ਦੇ ਉੱਤੇ ਪਾਏ ਹੋਏ ਆ। ਤਾਂ ਉਸ ਵੇਲੇ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ, ਬਿੱਟੂ ਨੂੰ ਵੀ ਇਹ ਈਮੇਲ ਕਰਕੇ ਕਲੈਰੀਫਾਈ ਕਰਨ ਵਾਸਤੇ ਕਿਹਾ ਸੀ ਕਿ ਤੁਸੀਂ ਇਹ ਜਿਹੜੇ ਐਲੀਗੇਸ਼ਨ ਲਗਾ ਰਹੇ ਹੈਗੇ ਹੋ ਇਹਦੇ ਪਿੱਛੇ ਕੀ ਬੇਸਿਸ ਹੈਗਾ। ਹੀ ਡਿਡਨਟ ਰਿਸਪੋਂਡ। ਤੋ ਐਜ਼ ਏ ਜਰਨਲਿਸਟ ਮੇਰੀ ਰਿਸਪੋਂਸੀਬਿਲਟੀ ਬਣਦੀ ਸੀ ਕਿ ਮੈਂ ਉਹਨਾਂ ਨੂੰ ਪੁੱਛ ਲਿਆ ਹੈਗਾ, ਕਿਉਂਕਿ ਇਹ ਸੀਰੀਅਸ ਐਲੀਗੇਸ਼ਨ ਸੀ। ਤਾਂ ਉਹਨੇ ਕੋਈ ਜਵਾਬ ਨਹੀਂ ਦਿੱਤਾ, ਤਾਂ ਫਿਰ ਮੈਂ ਉਹ ਛਾਪਿਆ ਹੋਇਆ ਆਪਣੀ ਸਾਈਟ ਦੇ ਉੱਤੇ, ਇੰਕਲੂਡਿੰਗ ਦੈਟ TV ਇੰਟਰਵਿਊ ਐਂਡ ਮਾਈ ਈਮੇਲ ਦੈਟ ਆਈ ਸੈਂਡ ਟੂ ਆਮ ਆਦਮੀ ਪਾਰਟੀ ਐਂਡ ਬਿੱਟੂ। ਤਾਂ ਹੁਣ ਜਿਹੜਾ ਹੈਗਾ ਇਹ ਜਿਹੜੇ ਹੈਗੇ ਆ ਹਾਈਪੋਥੀਸਿਸ ਜਿਹੜੇ ਹੈਗੇ ਆ, ਮੈਂ ਜਿਹੜੇ ਤੁਹਾਨੂੰ ਕਹਿ ਰਿਹਾ ਹੈਗਾ ਜਾਂ ਆਪਣਾ ਅਨੈਲਿਸਿਸ ਜਿਹੜਾ ਤੁਹਾਨੂੰ ਦੱਸ ਰਿਹਾ ਹੈਗਾ ਵਾਂ, ਉਹਦੇ ਉੱਤੇ ਤੁਸੀਂ ਸੋਚਣਾ ਸ਼ੁਰੂ ਕਰੋ ਕਿ ਇਹ ਭਗਵੰਤ ਮਾਨ, ਵੈਸੇ ਤਾਂ ਇਹਨੇ ਬੜੇ ਪਾਪ ਕੀਤੇ ਹੋਏ ਹੈਗੇ, ਲੋਕਾਂ ਨੂੰ ਐਵੇਂ ਫਜ਼ੂਲ ਦੇ ਵਿੱਚ ਚੁੱਕ ਚੁੱਕ ਕੇ ਜੇਲ੍ਹਾਂ ਦੇ ਵਿੱਚ ਪਾਈ ਜਾ ਰਿਹਾ ਹੈਗਾ, ਔਰ ਉੱਥੇ ਦਾ ਇਹਨੇ ਪੱਠਾ ਬਿਠਾ ਦਿੱਤਾ ਹੈਗਾ, ਇਹਨੇ ਉੱਥੇ ਕਰਜ਼ ਕਰੀਬ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਣ ਵਾਲਾ ਹੈਗਾ, ਆਪਣੀਆਂ ਫੋਟੋਆਂ ਛਪਵਾਈ ਜਾ ਰਿਹਾ ਹੈਗਾ, ਔਰ ਇਹਨੇ ਪੰਜਾਬ ਨੂੰ ਬਿਲਕੁਲ ਬਰਬਾਦ ਕਰ ਦਿੱਤਾ ਹੈਗਾ। ਜਿੰਨਾ ਝੂਠ ਇਹਨਾਂ ਨੇ ਬੋਲਿਆ, ਮੈਂ ਜਿਸ ਤਰ੍ਹਾਂ ਪਹਿਲੇ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਦੀ ਮੇਜਰ ਜਿਹੜੀ ਕੁਆਲੀਫਿਕੇਸ਼ਨ ਹੀ ਹੈਗੀ ਹੈ ਕਿ ਦੇ ਸ਼ੁੱਡ ਬੀ ਝੂਠੇ ਔਰ ਮਕਾਰ।
ਤਾਂ ਉਹ ਜਿਹੜੇ ਹੈਗੇ ਹੈ ਇਹਨਾਂ ਨੇ ਕਿਹਾ ਕਿ ਔਰਤਾਂ ਨੂੰ 1,000 ਰੁਪਇਆ ਦੇਵਾਂਗੇ। ਦਿੱਲੀ ਵਿੱਚ ਵੀ ਕਿਹਾ ਸੀ, ਉੱਥੇ ਵੀ ਕਿਹਾ ਸੀ, ਉਹ ਵੀ ਨਹੀਂ ਦਿੱਤਾ। ਉੱਥੇ ਦਾ ਕੋਈ ਸਕੂਲ ਨਹੀਂ ਚੱਲ ਰਿਹਾ ਹੈਗਾ, ਇੱਥੇ ਦਿੱਲੀ ਦੇ ਵਿੱਚ ਵੀ ਨਹੀਂ ਕੋਈ ਚੱਲ ਰਿਹਾ, ਪੰਜਾਬ ਦੇ ਵਿੱਚ ਵੀ ਕੋਈ ਨਹੀਂ ਚੱਲ ਰਿਹਾ। ਮੁਹੱਲਾ ਕਲੀਨਿਕਾਂ ਦਾ ਇੰਨਾ ਬੁਰਾ ਹਾਲ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੱਥੇ ਦਿੱਲੀ ਦੇ ਔਰ ਪੰਜਾਬ ਦੇ ਵਿੱਚ। ਜੇਕਰ ਮੁਹੱਲਾ ਕਲੀਨਿਕ ਚੱਲ ਰਹੇ ਹੈ ਤਾਂ ਇਹਨੂੰ ਭਗਵੰਤ ਮਾਨ ਨੂੰ ਉੱਥੇ ਮੁਹੱਲਾ ਕਲੀਨਿਕ 'ਚ ਦਾਖਲ ਕਰਵਾਉਂਦੇ, ਉੱਥੇ ਮੋਹਾਲੀ ਦੇ ਹੋਸਪਿਟਲ 'ਚ ਕਿਉਂ ਲੈ ਕੇ ਗਏ ਹੈ? ਜੇਕਰ ਮੁਹੱਲਾ ਕਲੀਨਿਕ 'ਚ ਜਗ੍ਹਾ ਘੱਟ ਹੁੰਦੀ ਹੈ, ਬਾਹਰ ਇਹਦੀ ਮੰਜੀ ਡਾਂਦੇ, ਉੱਥੇ ਇਹਨੂੰ ਪਾਉਂਦੇ ਔਰ ਉੱਥੇ ਇਹਦਾ ਇਲਾਜ ਕਰਦੇ, ਚੱਦਰ ਦੇ ਦਿੰਦੇ ਇਹਨੂੰ ਨਾਲ ਇੱਕ। ਮੁਹੱਲਾ ਕਲੀਨਿਕ ਚੱਲ ਹੀ ਨਹੀਂ ਰਹੇ, ਇਹ ਝੂਠ ਬੋਲ ਬੋਲ ਕੇ ਹੈ। ਆਪ ਜਿਹੜੇ ਦਿੱਲੀ ਵਾਲੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਹੈਗੇ ਹੈ, ਇਹਨਾਂ ਨੂੰ ਥੋੜ੍ਹਾ ਜਿਹਾ ਵੀ ਨਿੱਛ ਵੀ ਆ ਜਾਏ ਤਾਂ ਵੱਡੇ ਜਿਹੇ ਹਸਪਤਾਲ ਦੇ ਵਿੱਚ ਚਲੇ ਜਾਂਦੇ ਹੈਗੇ। ਸਾਡੇ ਵਰਗੇ ਗਰੀਬ ਬੰਦਿਆਂ ਨੂੰ ਕੋਈ ਇਲਾਜ ਨਹੀਂ ਹੈਗਾ ਇੱਥੇ। ਮੈਂ ਆਯੁਸ਼ਮਾਨ ਦਾ ਕਾਰਡ ਬਣਾਇਆ ਸੀ, ਮੇਰੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਹੈਗੇ ਕਿ ਵੀ ਮੈਂ ਆਪਣਾ ਇਲਾਜ ਕਰਵਾ ਸਕਾਂ। ਮੈਂ ਆਯੁਸ਼ਮਾਨ ਦਾ ਕਾਰਡ ਬਣਵਾਇਆ ਹੈਗਾ ਸੀ, ਜਿਹੜਾ ਸੈਂਟਰਲ ਗਵਰਨਮੈਂਟ ਦਿੰਦੀ ਹੈਗੀ ਹੈ, ਉਹ ਹੁਣ ਹਸਪਤਾਲਾਂ ਨੇ ਉਹ ਵੀ ਇਲਾਜ ਕਰਨਾ ਕਹਿੰਦੇ ਬੰਦ ਕਰ ਦਿੱਤਾ ਹੈ, ਕਿਉਂਕਿ ਉਹ ਸੈਂਟਰਲ ਗਵਰਨਮੈਂਟ ਉਹਦੇ ਪੈਸੇ ਹੀ ਨਹੀਂ ਦੇ ਰਹੀ ਹੈਗੀ ਆਯੁਸ਼ਮਾਨ ਵਾਲਿਆਂ ਦੇ। ਤਾਂ ਸਾਡੇ ਵਾਸਤੇ ਕੋਈ ਇਲਾਜ ਨਹੀਂ, ਇਹਨਾਂ ਵਾਸਤੇ ਮੋਹਾਲੀ ਦੇ ਹੋਸਪਿਟਲ ਹੈਗੇ ਆ ਜਾਂ ਅਪੋਲੋ ਹੈਗਾ ਜਾਂ ਇੱਥੇ ਦੇ ਦਿੱਲੀ ਦੇ ਹੋਰ ਮਹਿੰਗੇ ਹੋਸਪਿਟਲ ਹੈਗੇ ਆ। ਮੁਹੱਲਾ ਕਲੀਨਿਕਾਂ 'ਚ ਕਿਉਂ ਨਹੀਂ ਜਾਂਦੇ, ਜਿਹੜਾ ਕਹਿੰਦੇ ਕਿ ਪੂਰੀ ਦੁਨੀਆ ਦੀ ਪ੍ਰੇਜ਼ ਕਰ ਰਹੀ ਹੈ ਮੁਹੱਲਾ ਕਲੀਨਿਕਾਂ ਦੀ? ਤਾਂ ਭਗਵੰਤ ਮਾਨ ਨੇ ਇੰਨਾ ਝੂਠ ਔਰ ਇੰਨੇ ਪਾਪ ਕੀਤੇ ਹੋਏ ਹੈਗੇ ਹੈ ਕਿ ਇਹਦਾ ਜਿਹੜਾ ਹੈਗਾ ਇਹ ਜਾਣਾ ਚੰਗਾ ਹੋਏਗਾ ਪੰਜਾਬ ਵਾਸਤੇ। ਆਏਗਾ, ਮੈਨੂੰ ਪਤਾ ਨਹੀਂ ਕੌਣ ਆਏਗਾ, ਇਸ ਤੋਂ ਵੀ ਹੋ ਸਕਦਾ ਮਕਾਰ ਲੈ ਕੇ ਆਏ ਅਰਵਿੰਦ ਕੇਜਰੀਵਾਲ। ਜੇਕਰ ਆਪ ਆਇਆ ਉਹ ਤਾਂ ਹੋਰ ਵੀ ਭੱਠਾ ਬਹਿ ਜਾਏਗਾ ਪੰਜਾਬ ਦਾ। ਤਾਂ ਤੁਸੀਂ ਪੰਜਾਬ ਵਾਲੇ ਜਿਹੜੇ ਹੈਗੇ ਆ, ਮੈਂ ਵੀਡੀਓ ਇਸ ਲਈ ਬਣਾ ਰਿਹਾ ਹੈਗਾ ਵਾਂ ਕਿ ਤੁਸੀਂ ਇਹ ਸਾਰੀ ਚੀਜ਼ ਨੂੰ ਅਪੋਜ਼ ਕਰੋ, ਸੜਕਾਂ ਦੇ ਉੱਤੇ ਆ ਜਾਓ ਔਰ ਇਲੈਕਸ਼ਨ ਦੁਬਾਰਾ ਮੰਗੋ। ਮੈਨੂੰ ਨਹੀਂ ਪਤਾ, ਵੈਸੇ ਤਾਂ ਸਾਰੀਆਂ ਪਾਰਟੀਆਂ ਬੇਈਮਾਨ ਹੈਗੀਆਂ, ਸਾਰੀਆਂ ਪਾਰਟੀਆਂ, ਕਾਂਗਰਸ ਹੈ, ਅਕਾਲੀ ਦਲ ਹੈ ਜਾਂ BJP ਹੈ ਜਾਂ ਆਮ ਆਦਮੀ ਪਾਰਟੀ ਹੈ, ਸਾਰੀਆਂ ਹੈ ਇਕੁਅਲੀ ਦੇ ਆਰ ਕਰਪਟ ਐਂਡ ਕਨਿੰਗ, ਯਾਨੀ ਕਿ ਇਹ ਸਭ ਲੁੱਟਣ ਵਾਸਤੇ ਹੀ ਆਉਂਦੀਆਂ ਹੈਗੀਆਂ, ਤੁਹਾਨੂੰ ਸਾਰਿਆਂ ਲੋਕਾਂ ਨੂੰ ਲੁੱਟਣ ਵਾਸਤੇ ਆਉਂਦੀਆਂ। ਤਾਂ ਮੈਨੂੰ ਨਹੀਂ ਪਤਾ ਕਿ ਕੌਣ ਆਏਗਾ, ਪਰ ਤੁਸੀਂ ਜਿਹੜੀ ਉੱਥੇ ਦੀ ਸਿਵਲ ਸੁਸਾਇਟੀ ਹੈਗੀ ਹੈ, ਸਿਵਲ ਸੁਸਾਇਟੀ ਨੂੰ ਉੱਥੇ ਖੜ੍ਹਾ ਹੋਣਾ ਚਾਹੀਦਾ। ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰਤ ਉੱਥੇ ਸਿਵਲ ਸੁਸਾਇਟੀ ਦੀ ਹੈਗੀ ਹੈ ਪੰਜਾਬ ਦੇ ਵਿੱਚ, ਨਾ ਕਿ ਕਿਸੇ ਪੋਲੀਟੀਕਲ ਪਾਰਟੀ ਦੀ। ਸਿਵਲ ਸੁਸਾਇਟੀ ਨੂੰ ਜਿੰਨਾ ਸਟਰੋਂਗ ਕਰ ਸਕਦੇ ਹੋ ਓਨਾ ਕਰੋ ਤੁਸੀਂ। ਜਿਸ ਤਰ੍ਹਾਂ ਹੈ, ਤੁਸੀਂ ਰੀਸੈਂਟਲੀ ਉੱਥੇ ਮੈਂ ਦੇਖ ਰਿਹਾ ਸੀ ਕਿ ਸ਼ਾਇਦ ਪੰਜਾਬ ਯੂਨੀਵਰਸਿਟੀ ਸੀ, ਉਹ ਜਿਹੜਾ ਬੁੱਢਾ ਨਾਲਾ ਦੇ ਬਾਰੇ ਤੁਸੀਂ ਇੱਕ ਸੈਮੀਨਾਰ ਕੀਤਾ ਸੀ, ਇਹੋ ਜਿਹੇ ਸੈਮੀਨਾਰ ਪੂਰੇ ਪੰਜਾਬ ਦੇ ਵਿੱਚ ਕਰੋ ਕਿ ਇੱਥੇ ਦੀ ਪੋਲੀਟਿਕਸ, ਜਿਹੜੀ ਬੇਈਮਾਨ ਪੋਲੀਟਿਕਸ, ਕਰਪਟ ਪੋਲੀਟਿਕਸ ਹੈਗੀ ਹੈ, ਉਹਨੂੰ ਖਤਮ ਕਰਨ ਵਾਸਤੇ ਅਸੀਂ ਕੀ ਕਰਨਾ। ਇਹੋ ਜਿਹੇ ਸੈਮੀਨਾਰ ਪੂਰੇ ਪੰਜਾਬ ਦੇ ਵਿੱਚ ਕਰੋ, ਇਹ ਸਿਵਲ ਸੁਸਾਇਟੀ ਦਾ ਮਤਲਬ ਹੈਗਾ। ਜਿਹੜੇ ਕੋਈ ਇਮਾਨਦਾਰ, ਵੈਸੇ ਤਾਂ ਇਮਾਨਦਾਰ ਪੋਲੀਟੀਸ਼ੀਅਨ ਕੋਈ ਹੁੰਦਾ ਹੀ ਨਹੀਂ ਹੈ, ਦਿਸ ਇਜ਼ ਐਨ ਆਕਸੀਮੋਰਨ ਕਿ ਓਨੈਸਟ ਪੋਲੀਟੀਸ਼ੀਅਨ, ਤਾਂ ਇਮਾਨਦਾਰ ਕੋਈ ਹੁੰਦਾ ਨਹੀਂ। ਪਰ ਫਿਰ ਵੀ ਜੇ ਕਿਸੇ ਦੀ ਥੋੜ੍ਹੀ ਜਿਹੀ ਵੀ ਉਹ ਮੋਰੈਲਿਟੀ ਹੈਗੀ ਕਿਸੇ ਦੇ ਵਿੱਚ, ਉਹ ਸਿਵਲ ਸੁਸਾਇਟੀ ਦੇ ਨਾਲ ਆ ਕੇ ਜੁੜੇ। ਇਹ ਪੋਲੀਟੀਸ਼ੀਅਨ ਵਾਲੀ ਜੋਬ ਛੱਡ ਦਿਓ ਤੁਸੀਂ, ਇਸ ਵੇਲੇ ਪੋਲੀਟੀਸ਼ੀਅਨਾਂ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ, ਸਿਵਲ ਸੁਸਾਇਟੀ ਨੂੰ ਸਟਰੋਂਗ ਕਰੋ। ਤਾਂ ਇਸ ਤਰ੍ਹਾਂ ਤੁਸੀਂ ਸੈਮੀਨਾਰ ਕਰੋ ਔਰ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਇਹ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈਗਾ ਹਰ ਲਿਹਾਜ਼ ਦੇ ਨਾਲ। ਮੈਂ ਥੋੜ੍ਹਾ ਜਿਹਾ ਆਪਣੇ ਬਾਰੇ ਵੀ ਤੁਹਾਨੂੰ ਦੱਸ ਦਿੰਦਾ ਹੈਗਾ ਵਾਂ, ਮੈਂ ਸ਼ਾਇਦ ਪਹਿਲੇ ਇੱਕ ਦੋ ਵੀਡੀਓ ਦੱਸਿਆ ਹੋਇਆ ਸੀ, ਬਟ ਆਈ ਹੈਵ ਟੂ ਰਿਪੀਟ, ਕਿਉਂਕਿ ਮੇਰਾ ਚੈਨਲ ਬਹੁਤ ਛੋਟਾ ਹੈਗਾ, ਇਹਨੂੰ ਕੋਈ ਨਾ ਤਾਂ ਜ਼ਿਆਦਾ ਲਾਈਕ ਕਰਦੇ ਹੈਗੇ ਨਾ ਹੀ ਕੋਈ ਜ਼ਿਆਦਾ ਦੇਖਦੇ ਹੈਗੇ ਹੈ। ਤਾਂ ਮੈਨੂੰ ਇਹ ਵਾਰ ਵਾਰ ਦੱਸਣਾ ਪੈਂਦਾ ਆਪਣੇ ਬਾਰੇ ਕਿ ਮੈਂ ਇੱਕ ਜਰਨਲਿਸਟ ਔਰ ਸੋਸ਼ਲ ਐਕਟੀਵਿਸਟ ਹਾਂ। ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਮੈਂ ਬਿਲੋਂਗ ਕਰਦਾ ਔਰ ਪੰਜਾਬ ਯੂਨੀਵਰਸਿਟੀ 'ਚ ਪੜ੍ਹਿਆ, ਉਸ ਤੋਂ ਪਹਿਲੇ DAV ਕਾਲਜ ਔਰ ਗੌਰਮੈਂਟ ਕਾਲਜ ਦੇ ਵਿੱਚ ਪੜ੍ਹਿਆ ਸੀ।
ਔਰ ਮੈਂ ਚੰਡੀਗੜ੍ਹ ਟ੍ਰਿਬਿਊਨ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਔਰ ਮੋਹਾਲੀ ਦੇ ਵਿੱਚ ਇੱਕ ਐਜ ਏ ਸੋਫਟਵੇਅਰ ਡਿਵੈਲਪਰ ਕੰਮ ਕਰਦਾ ਸੀ। ਮੈਂ ਉਹ ਛੱਡ ਕੇ ਸੋਫਟਵੇਅਰ ਡਿਵੈਲਪਮੈਂਟ ਵਾਲੀ ਮੇਰੀ ਬੜੀ ਅੱਛੀ ਜੋਬ ਸੀ ਉਹਨੂੰ ਛੱਡ ਕੇ ਮੈਂ ਜਰਨਲਿਜ਼ਮ ਦੇ ਵਿੱਚ ਆਇਆ ਸੀ ਔਰ ਟ੍ਰਿਬਿਊਨ ਤੋਂ ਔਰ ਕੁਛ ਇੰਡੀਅਨ ਐਕਸਪ੍ਰੈਸ ਤੋਂ ਲਿਖਣਾ ਸ਼ੁਰੂ ਕੀਤਾ ਸੀ ਉੱਥੋਂ ਚੰਡੀਗੜ੍ਹ ਤੋਂ। ਹੁਣ ਮੈਂ ਐਜ ਸੀਨੀਅਰ ਜਰਨਲਿਸਟ ਕਾਫੀ ਜਗ੍ਹਾ ਦੇ ਉੱਤੇ ਕੰਮ ਕਰਨ ਤੋਂ ਬਾਅਦ ਆਈ ਵਾਜ਼ ਰਾਈਟਿੰਗ ਐਨ ਐਡਿਟ ਪੇਜ ਕੋਲਮ ਫੋਰ ਦਾ ਫਾਈਨੈਂਸ਼ੀਅਲ ਐਕਸਪ੍ਰੈਸ ਜੋ ਇੰਡੀਅਨ ਐਕਸਪ੍ਰੈਸ ਦਾ ਬਿਜ਼ਨਸ ਨਿਊਜ਼ ਪੇਪਰ ਹੈ। ਲਾਸਟ ਮੈਂ ਉਹ ਕਰ ਰਿਹਾ ਸੀ। ਉਸ ਤੋਂ ਬਾਅਦ ਮੈਂ ਆਪਣਾ ਇੱਥੇ ਬੱਚਿਆਂ ਵਾਸਤੇ ਫ੍ਰੀ ਸਕੂਲ ਚਲਾਉਂਦਾ ਸੀ ਔਰ ਸੋਸ਼ਲ ਐਕਟੀਵਿਸਟ ਦੇ ਤੌਰ ਦੇ ਉੱਤੇ ਬਹੁਤ ਜ਼ਿਆਦਾ ਮੈਂ ਇਨਵਾਇਰਮੈਂਟ ਪ੍ਰੋਟੈਕਸ਼ਨ ਦੇ ਉੱਤੇ, ਕਰਪਸ਼ਨ ਦੇ ਅਗੇਂਸਟ, ਸਕੂਲਾਂ ਦੀ, ਬੱਚਿਆਂ ਦੀ ਸਕੂਲ ਐਜੂਕੇਸ਼ਨ ਦੇ ਉੱਤੇ ਔਰ ਜਿਹੜੇ ਹਿਊਮਨ ਰਾਈਟਸ ਹੈਗੀਆਂ ਵਾਇਲੇਸ਼ਨਸ ਹੁੰਦੀਆਂ ਉਹਨਾਂ ਨੂੰ ਹਟਾਉਣ ਵਾਸਤੇ ਬਹੁਤ ਕੰਮ ਕਰਦਾ ਔਰ ਇੰਡੀਆ ਦੇ ਵਿੱਚ ਵੀ ਔਰ ਇੰਡੀਆ ਤੋਂ ਬਾਅਦ ਵੀ ਬਾਹਰ ਵੀ ਆਪਣੀਆਂ ਬੜੀਆਂ ਪਟੀਸ਼ਨਸ ਪਾਉਂਦਾ ਹੈਗਾ। ਉਹਦੀਆਂ ਲਿੰਕ ਛੱਡਾਂਗਾ ਵੀਡੀਓ ਦੇ ਥੱਲੇ, ਤੁਸੀਂ ਉਹ ਦੇਖ ਸਕਦੇ ਹੈਗੇ ਔਰ ਮੇਰੇ ਬਾਰੇ ਜ਼ਿਆਦਾ ਜਾਣ ਸਕਦੇ ਹੈਗੇ ਹੋ। ਇਸ ਲਈ ਮੈਂ ਕਹਿ ਰਿਹਾ ਹੈਗਾ ਮੇਰਾ ਇਹਦੇ ਵਿੱਚ ਆਈ ਹੈਵ ਵਰਕਡ ਐਟ ਵੈਰੀ ਸੀਨੀਅਰ ਪੋਜੀਸ਼ਨਸ, ਆਈ ਹੈਵ ਵਰਕਡ ਵਿਦ ਦਾ ਯੂਨਾਈਟਿਡ ਨੇਸ਼ਨਸ ਆਲਸੋ ਥਰੂ ਯੂਨੀਡੋ, ਯੂਨਾਈਟਿਡ ਨੇਸ਼ਨ ਇੰਡਸਟਰੀਅਲ ਡਿਵੈਲਪਮੈਂਟ ਔਰਗਨਾਈਜੇਸ਼ਨ। ਹੁਣ ਵੀ ਮੈਂ ਇੱਕ ਯੂਰਪ ਦੀ ਬਹੁਤ ਵੱਡੀ ਔਰਗਨਾਈਜੇਸ਼ਨ ਹੈਗੀ ਹੈ ਉੱਥੇ ਮੈਂ ਕੰਮ ਕਰ ਰਿਹਾ ਹੈਗਾ ਟੂ ਗਿਵ ਦੈਮ ਐਡਵਾਈਸ ਫਰੋਮ ਇੰਡੀਆ ਔਨ ਡੈਮੋਕ੍ਰੇਸੀ ਐਂਡ ਗਵਰਨੈਂਸ। ਤਾਂ ਮੈਂ ਕਾਫੀ ਚੰਗੀਆਂ ਚੰਗੀਆਂ ਜਗ੍ਹਾ ਦੇ ਉੱਤੇ ਇੰਡੀਆ ਦੇ ਉੱਤੇ ਵਿੱਚ ਵੀ ਔਰ ਇੰਡੀਆ ਤੋਂ ਬਾਹਰ ਵੀ ਕੰਮ ਕੀਤਾ ਹੋਇਆ ਉਹਨਾਂ ਦੀਆਂ ਔਰਗਨਾਈਜੇਸ਼ਨਸ ਦੇ ਨਾਲ। ਤਾਂ ਮੈਨੂੰ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਹੈਗਾ ਵਾਂ ਕਿ ਇਹ ਪੰਜਾਬ ਨੂੰ ਬਚਾਉਣ ਵਾਸਤੇ ਕੁਛ ਇਹੋ ਜਿਹੇ ਤੁਹਾਨੂੰ ਰੈਡੀਕਲ ਸਟੈਪਸ ਲੈਣੇ ਪੈਣਗੇ ਕਿ ਇਹਨੂੰ ਪੋਲੀਟਿਕਸ ਨੂੰ ਖਤਮ ਕਰਨ ਵਾਸਤੇ ਸਿਵਲ ਸੁਸਾਇਟੀ ਨੂੰ ਸਟਰੋਂਗ ਕਰੋ। ਸਭ ਤੋਂ ਜ਼ਿਆਦਾ ਜ਼ਰੂਰੀ ਉਹੀ ਹੈਗਾ। ਇਹ ਨਹੀਂ ਤਾਂ ਕੇਜਰੀਵਾਲ ਔਰ ਭਗਵੰਤ ਮਾਨ ਵਰਗੇ ਬੰਦੇ ਔਰ ਕਾਂਗਰਸ ਔਰ ਬੀਜੇਪੀ ਔਰ ਅਕਾਲੀ ਦਲ ਵਾਲੇ ਕੋਈ ਵੀ ਇਹਨਾਂ 'ਚੋਂ ਆ ਜਾਏ ਪੰਜਾਬ ਨੂੰ ਬਿਲਕੁਲ ਇਹ ਕਸਮ ਖਾ ਕੇ ਆਉਂਦੇ ਕਿ ਪੰਜਾਬ ਨੂੰ ਬਰਬਾਦ ਕਰਨਾ ਇਹਨਾਂ ਨੇ। ਤਾਂ ਇਹਨਾਂ ਤੋਂ ਬਚੋ। ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਿਵਲ ਸੁਸਾਇਟੀ ਇੱਕ ਬਣਾਓ, ਉਹਨੂੰ ਔਰਗਨਾਈਜ਼ ਕਰੋ ਔਰ ਉਹਦੇ ਅੰਡਰ ਤੁਸੀਂ ਇਹ ਪੰਜਾਬ ਦੇ ਵਿੱਚ ਪੂਰੇ 'ਚ ਜਾ ਕੇ ਸੈਮੀਨਾਰਸ ਕਰੋ, ਲੋਕਾਂ ਨੂੰ ਪਿੰਡਾਂ ਦੇ ਵਿੱਚ ਵੀ ਸਮਝਾਓ, ਉਹਨਾਂ ਦੀ ਲੈਂਗੁਏਜ ਦੇ ਵਿੱਚ ਇੱਕ ਪੈਂਫਲੈਟ ਬਣਾ ਲਓ, ਇੱਕ ਵੈਬਸਾਈਟ ਬਣਾਓ, ਉਹਦੇ ਉੱਤੇ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੈਗੇ ਹੋ। ਤਾਂ ਇਹ ਸਾਰਾ ਮੈਂ ਅੱਜ ਤੁਹਾਨੂੰ ਦੱਸਣਾ ਸੀ। ਇਹ ਹੋ ਸਕਦਾ ਹੈ ਕਿ ਇਹ ਭਗਵੰਤ ਮਾਨ ਹੱਟ ਕੇ ਜੇਕਰ ਅਰਵਿੰਦ ਕੇਜਰੀਵਾਲ ਕੋਈ ਹੋਰ ਨੂੰ ਕਿਸੇ ਨੂੰ ਲੈ ਆਏਗਾ ਜਾਂ ਆਪ ਬਣ ਜਾਏਗਾ, ਤਾਂ ਦੋਨਾਂ ਕੇਸਿਸ ਦੇ ਵਿੱਚ ਹੀ ਪੰਜਾਬ ਦਾ ਬੁਰਾ ਹਾਲ ਹੋਣਾ ਵਾਲਾ। ਯਾਨੀ ਕਿ ਜੇ ਭਗਵੰਤ ਮਾਨ ਰਹਿ ਜਾਂਦਾ ਜਾਂ ਰਿਪਲੇਸ ਹੋ ਜਾਂਦਾ, ਦੋਨਾਂ ਕੇਸਿਸ ਦੇ ਵਿੱਚ ਹੀ ਪੰਜਾਬ ਦਾ ਬੁਰਾ ਹਾਲ ਹੋਣ ਵਾਲਾ। ਇਹਨੂੰ ਬਚਾਉਣ ਵਾਸਤੇ ਪੂਰੀ ਕੋਸ਼ਿਸ਼ ਕਰੋ ਔਰ ਜਿੱਥੇ ਮੇਰੀ ਜ਼ਰੂਰਤ ਪਏਗੀ, ਜੇਕਰ ਕੋਈ ਚਾਹੁੰਦਾ, ਵੈਸੇ ਤਾਂ ਕਿਸੇ ਨੂੰ ਮੇਰੀ ਜ਼ਰੂਰਤ ਨਹੀਂ, ਸਾਰੇ ਆਪਣੇ ਆਪਣੇ ਹਿਸਾਬ ਨਾਲ ਕੰਮ ਕਰਦੇ, ਜੇਕਰ ਮੇਰੀ ਜ਼ਰੂਰਤ ਪੈਂਦੀ ਹੈ ਤਾਂ ਮੈਨੂੰ ਦੱਸੋ ਕਿ ਮੈਂ ਕੀ ਕਰ ਸਕਦਾ ਹੈਗਾ ਐਜ਼ ਐਨ ਇੰਟਲੈਕਚੁਅਲ, ਤਾਂ ਉਹ ਮੈਨੂੰ ਤੁਸੀਂ ਦੱਸੋ। ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਔਰ ਤੁਸੀਂ ਹੋ ਸਕੇ ਤਾਂ ਇਹਨੂੰ ਵੀਡੀਓ ਨੂੰ ਲਾਈਕ ਕਰੋ ਔਰ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰੋ। ਤਾਂ ਅੱਜ ਦੇ ਵੀਡੀਓ ਵਿੱਚ ਮੈਂ ਇੰਨਾ ਹੀ ਕਹਿਣਾ ਸੀ। ਇਹਦੇ ਨਾਲ ਰਿਲੇਟਿਡ ਜਿਹੜੇ ਲਿੰਕਸ ਹੈਗੇ ਹੈ, ਕੁਛ ਵੀਡੀਓਜ਼ ਵੀ ਹੈਗੇ ਆ ਮੈਂ ਪੰਜਾਬ ਦੇ ਉੱਤੇ ਰੀਸੈਂਟਲੀ ਕਾਫੀ ਬਣਾਏ ਹੈਗੇ ਹੈ, ਉਹਨਾਂ ਨੂੰ ਵੀ ਦੇਖੋ। ਇਹਦੇ ਥੱਲੇ ਮੈਂ ਵੀਡੀਓ ਦੇ ਛੱਡਾਂਗਾ ਉਹ ਲਿੰਕਸ। ਤਾਂ ਅੱਜ ਦੇ ਵੀਡੀਓ ਵਾਸਤੇ ਇੰਨਾ ਹੀ ਸੀ। ਤੋ ਥੈਂਕਸ ਫੋਰ ਵਾਚਿੰਗ।